ਦੱਸਣ ਯੋਗ ਹੈ ਕਿ ਮੋਗੇ ਜ਼ਿਲ੍ਹੇ ਦੇ ਪਿੰਡ ਮਾਛੀਕੇ ਦਾ ਰਹਿਣ ਵਾਲਾ ਇੱਕ ਹੋਣਹਾਰ ਫੁੱਟਬਾਲ ਦਾ ਖਿਡਾਰੀ ਸੁਖਦਰਸ਼ਨ ਸਿੰਘ ਸੀਪਾ ਪੰਜਾਬ ਵਿੱਚ ਬੇਰੋਜ਼ਗਾਰੀ ਦੇ ਕਾਰਨ ਕੈਨੇਡਾ ਚਲਾ ਗਿਆ। ਪਰ ਬੀਤੇ 8 ਕੁ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਸੁਖਦਰਸ਼ਨ ਸਿੰਘ ਦੀ ਮੌਤ ਹੋ ਗਈ, ਜਿਸ ਦੇ ਪਿੰਡ ਮਾਛੀਕੇ ਦੇ ਵਿੱਚ ਸੁਖਦਰਸ਼ਨ ਦਾ ਪੂਰਾ ਪਰਿਵਾਰ ਇਸ ਸਮੇਂ ਗਹਿਰੇ ਸਦਮੇ ਦੇ ਵਿੱਚ ਹੈ। ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਨੇ ਪੰਜਾਬ ਦੀ ਮੌਜੂਦਾ ਸਰਕਾਰ ਅਤੇ NRI ਭਰਾਵਾਂ ਤੋਂ ਮੰਗ ਕੀਤੀ ਹੈ ਕਿ ਸੁਖਦਰਸ਼ਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਅੰਤਿਮ ਰਸਮਾਂ ਪੂਰੀਆਂ ਕਰ ਉਸ ਦਾ ਸੰਸਕਾਰ ਆਪਣੇ ਹੱਥੀਂ ਕਰ ਸਕਣ, ਜਾਂ ਫਿਰ ਉਹਨਾਂ ਦੇ ਪਰਿਵਾਰ ਦੇ 3 ਮੈਂਬਰਾਂ ਦਾ ਵੀਜ਼ਾ ਲਗਵਾਇਆ ਜਾਵੇ ਕਿ ਉਹ ਉੱਥੇ ਕੈਨੇਡਾ ਜਾ ਕੇ ਅੰਤਿਮ ਰਸਮਾਂ ਪੂਰੀਆਂ ਕਰ ਸਕਣ। ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਸਿਆਸੀ ਲੀਡਰ ਦੀ ਜੇਕਰ ਗੱਲ ਕਰੀਏ ਤਾਂ ਵੋਟਾਂ ਬਟੋਰਨ ਲਈ ਅਜਿਹੇ ਮੌਕੇ ਇਹ ਕਦੀ ਨਹੀਂ ਛੱਡਦੇ, ਪਰ 8 ਦਿਨ ਬੀਤ ਜਾਣ ਤੇ ਵੀ ਹਾਲੇ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰ ਵੱਲੋਂ ਇਸ ਗਰੀਬ ਪਰਿਵਾਰ ਦੀ ਸਾਰ ਨਹੀਂ ਲਈ ਗਈ। KDT ਨਿਊਜ਼ ਚੈਨਲ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਅਤੇ NRI ਭਰਾਵਾਂ ਨੂੰ ਅਪੀਲ ਕਰਦਾ ਹੈ ਕਿ ਇਸ ਗਰੀਬ ਪਰਿਵਾਰ ਦੀ ਸਾਰ ਲਈ ਜਾਵੇ ਤਾਂ ਜੋ ਇਹ ਪਰਿਵਾਰ ਆਪਣੇ ਨੌਜਵਾਨ ਬੇਟੇ ਦੀਆਂ ਅੰਤਿਮ ਰਸਮਾਂ ਨੂੰ ਆਪਣੇ ਹੱਥੀਂ ਪੂਰਾ ਕਰ ਸਕਣ। ਆਪਣੇ ਵੀਰ ਦੇ ਵਿਆਹ 'ਤੇ ਭੈਣ ਜਿਹੜੇ ਸੁਪਨੇ ਸਜਾਉਂਦੀ ਆ, ਉਹ ਹੁਣ ਸੁਪਨੇ ਉਹਦੇ ਜਿਉਂਦੇ ਜੀ ਤਾਂ ਪੂਰੇ ਨਹੀਂ ਹੋ ਸਕਦੇ। ਇਸ ਲਈ ਮੈਂ ਇਹੀ ਮੰਗ ਕਰਦੀ ਹਾਂ ਕਿ ਅੰਤਿਮ ਸਮੇਂ ਉਹਦੀਆਂ ਜੋ ਵੀ ਰਸਮਾਂ ਮੈਂ ਉਹ ਪੂਰੀਆਂ ਕਰਨੀਆਂ ਚਾਹੁੰਦੀ ਹਾਂ ਅਤੇ ਮੈਂ ਸਰਕਾਰ ਤੋਂ ਇਹੀ ਮੰਗ ਕਰਦੀ ਹਾਂ ਕਿ ਸਾਨੂੰ ਵੀਜ਼ਾ ਦਿੱਤਾ ਜਾਵੇ ਅਤੇ ਮੈਂ ਉਸਨੂੰ ਇੱਕ ਵਾਰੀ ਮਿਲ ਕੇ ਸਾਰੀਆਂ ਰਸਮਾਂ ਪੂਰੀਆਂ ਕਰ ਸਕਾਂ। ਪਿਛਲੇ ਸੋਮਵਾਰ ਜੀ ਉਹ ਆਪਣੇ ਕੰਮ ਕਾਰ ਤੋਂ ਸੁਖਦਰਸ਼ਨ ਸਿੰਘ ਘਰ ਆਏ ਆ ਦੇਰ ਰਾਤ, ਅਤੇ ਆਪਦੇ ਲੀੜੇ ਕੱਪੜੇ ਉਤਾਰ ਕੇ ਜਦੋਂ ਉਹ ਵਾਸ਼ਰੂਮ ਦੇ ਵਿੱਚ ਨਹਾਉਣ ਗਏ ਆ ਅਤੇ ਉਦੋਂ ਬਾਅਦ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ। ਪਰਿਵਾਰ ਨੂੰ ਬਾਅਦ ਦੇ ਵਿੱਚ ਹੀ ਪਤਾ ਲੱਗਿਆ ਵੀ ਜਦੋਂ ਉਹ ਕਾਫੀ ਟਾਈਮ ਬਾਹਰ ਨਹੀਂ ਨਿਕਲੇ ਅਤੇ ਉਸ ਤੋਂ ਬਾਅਦ ਜਦੋਂ ਪਤਾ ਕਰਿਆ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਸੀਗੀ। ਹੁਣ ਕੋਈ ਪਰਿਵਾਰ ਦੇ ਨਾਲ ਕੋਈ ਸਰਕਾਰੀ ਅਧਿਕਾਰੀ ਜਾਂ ਕੋਈ MLA ਜਾਂ MP ਨੇ ਆ ਕੇ ਪਰਿਵਾਰ ਦੀ ਸਾਰ ਲਈ ਆ? ਪਿਛਲੇ ਇੱਕ ਹਫ਼ਤੇ ਦੀ ਗੱਲ ਆ, ਉਸ ਟਾਈਮ ਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਸਰਕਾਰੀ ਅਧਿਕਾਰੀ ਤਾਂ ਹੁਣ ਤੱਕ ਵੀ ਨਹੀਂ ਆਇਆ, ਪਰ ਜਦੋਂ ਮੀਡੀਆ 'ਚ ਖਬਰਾਂ ਆਈਆਂ ਨੇ, ਜਦੋਂ ਇਹ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਨੇ ਤਾਂ ਕੱਲ੍ਹ ਮੇਰਾ ਖਿਆਲ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ MLA ਨੇ ਉਹ ਘਰ ਆ ਕੇ ਗਏ ਨੇ, ਅਤੇ ਊਂ ਵੈਸੇ ਪੰਜਾਬ ਸਰਕਾਰ ਨਾਲ ਸੰਬੰਧਿਤ ਸਿੱਧਾ ਕੋਈ ਮਤਲਬ SDM ਦਫ਼ਤਰ ਤੋਂ ਜਾਂ DC ਦਫ਼ਤਰ ਤੋਂ ਕੋਈ ਨੁਮਾਇੰਦਾ ਆਇਆ ਹੋਵੇ ਜਾਂ ਇਸ ਤੋਂ ਬਿਨਾਂ ਜਿਵੇਂ MP ਆ ਮੁਹੰਮਦ ਸਦੀਕ, ਉਹਨਾਂ ਵੱਲੋਂ ਕੋਈ ਉਹਨਾਂ ਦਾ ਨੁਮਾਇੰਦਾ ਆਇਆ ਹੋਵੇ ਜਾਂ ਉਹਨਾਂ ਨੇ ਕੋਈ ਫੋਨ 'ਤੇ ਗੱਲ ਕਰਨੀ ਵਾਜਬ ਸਮਝੀ ਹੋਵੇ ਜਾਂ ਕਿਸੇ ਹੋਰ ਪਾਰਟੀ ਦਾ ਨੁਮਾਇੰਦਾ, ਉਹ ਇਸ ਤਰ੍ਹਾਂ ਇੱਥੇ ਨਹੀਂ ਪਰਿਵਾਰ ਦੇ ਨਾਲ ਹਮਦਰਦੀ ਕਰ ਨਹੀਂ ਆਇਆ। ਹੁਣ ਪਿੰਡ ਵਾਸੀਆਂ ਦੀ ਅਤੇ ਪਰਿਵਾਰ ਦੀ ਕੀ ਮੰਗ ਹੈ ਵੀ ਬੱਚੇ ਦੀ ਡੈੱਡ ਬੋਡੀ ਇੱਥੇ ਲਿਆਂਦੀ ਜਾਵੇ ਜਾਂ ਪਰਿਵਾਰ ਨੂੰ ਕੋਈ ਵੀਜ਼ਾ ਵਗੈਰਾ ਦਵਾਇਆ ਜਾਵੇ? ਪਰਿਵਾਰ ਦੀ ਜੀ ਇਹੀ ਮੰਗ ਹੈਗੀ ਕਿ ਜਿੱਡਾ ਵੱਡਾ ਖਰਚਾ ਹੈਗਾ ਡੈੱਡ ਬੋਡੀ ਲਿਆਉਣ ਦਾ, ਪਰਿਵਾਰ ਉਹ ਅਫੋਰਡ ਨਹੀਂ ਕਰ ਸਕਦਾ। 35-40 ਲੱਖ ਰੁਪਈਆ ਪਹਿਲੇ ਉਹ ਖਰਚ ਚੁੱਕੇ ਨੇ, ਜਿਹੜੀ ਥੋੜ੍ਹੀ ਬਹੁਤੀ ਜ਼ਮੀਨ ਸੀ ਉਹ ਗਹਿਣੇ ਰੱਖ ਚੁੱਕੇ ਨੇ, ਅਤੇ ਉਸ ਤੋਂ ਬਾਅਦ ਵੀ ਜਿਹੜੇ ਕਰਜ਼ੇ ਵਗੈਰਾ ਚੱਕ ਕੇ ਫੀਸਾਂ ਜਿਹੜੀਆਂ ਭਰੀਆਂ ਜਾ ਰਹੀਆਂ ਸੀਗੀਆਂ। ਇਸ ਕਰਕੇ ਪਰਿਵਾਰ ਦੀ ਤਾਂ ਇਹੀ ਮੰਗ ਆ ਕਿ ਜਿਹੜੀ ਆ ਉਸ ਬੱਚੇ ਦੀਆਂ ਅੰਤਿਮ ਰਸਮਾਂ ਗੀਆਂ ਉਹ ਪੂਰਾ ਕਰਨ ਵਾਸਤੇ ਕੈਨੇਡਾ ਦਾ ਜਿਹੜਾ ਪਰਿਵਾਰ ਦੇ ਜਿਹੜੇ ਮਾਤਾ ਨੇ, ਪਿਤਾ ਨੇ, ਸਿਸਟਰ ਨੇ, ਉਹਨਾਂ ਨੂੰ ਕੈਨੇਡਾ ਦਾ ਵੀਜ਼ਾ ਜਿਹੜੀ ਕੈਨੇਡੀਅਨ ਮਤਲਬ ਗੌਰਮੈਂਟ ਹੈਗੀ ਉਹ ਔਫਰ ਕਰੇ, ਅਤੇ ਤਾਂ ਕਿ ਉਹ ਜਿਹੜੇ ਆਪਣੇ ਇਹਨਾਂ ਦੇ ਆਪਣੇ ਰੀਤੀ ਰਿਵਾਜ਼ ਨੇ, ਸਾਡੇ ਪੰਜਾਬ ਦੇ ਰੀਤੀ ਰਿਵਾਜ਼ ਨੇ, ਉਹਨਾਂ ਮੁਤਾਬਕ ਆ ਜਿਹੜੀ ਉਹ ਉਹਨਾਂ ਦੀਆਂ ਅੰਤਿਮ ਰਸਮਾਂ ਜਿਹੜੀਆਂ ਸੁਖਦਰਸ਼ਨ ਸਿੰਘ ਦੀਆਂ ਪੂਰੀਆਂ ਕੀਤੀਆਂ ਜਾਣ। ਮੈਂ ਜੀ ਸੁਖਦਰਸ਼ਨ ਸਿੰਘ ਦਾ ਤਾਇਆ ਜੀ ਹਾਂ, ਉਹ ਮੇਰਾ ਭਤੀਜਾ ਜੀ ਸਨ, ਜਿਨ੍ਹਾਂ ਦੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ, ਜੋ ਕਿ ਕੰਮ ਤੋਂ ਆ ਕੇ ਨਹਾਉਣ ਲੱਗੇ ਸੀਗੇ। ਉਹਨਾਂ ਦੀ ਉੱਥੋਂ ਜਦੋਂ ਸਾਡੇ ਪਰਿਵਾਰਕ ਮੈਂਬਰ ਹੀ ਉੱਥੇ ਰਹਿੰਦੇ ਆ, ਉਹਨਾਂ ਨੇ ਦੇਖਿਆ ਤਾਂ ਉਹਨਾਂ ਦਾ ਮ੍ਰਿਤਕ ਸਰੀਰ ਉੱਥੇ ਪਿਆ ਸੀ, ਉਹਨਾਂ ਨੇ ਡੀਕਿਆ ਵੀ ਨਿਕਲਿਆ ਨਹੀਂ ਸੁਖਦਰਸ਼ਨ ਬਾਥਰੂਮ 'ਚੋਂ। ਇਸ ਵਾਸਤੇ ਅਸੀਂ ਜਿੰਨੇ ਵੀ ਸਾਡੇ NRI ਭਰਾ ਗਏ, ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੇ ਸਾਰੇ ਪਰਿਵਾਰ ਵੱਲੋਂ ਕਿ ਸੁਖਦਰਸ਼ਨ ਦੇ ਪਰਿਵਾਰ ਨੂੰ, ਮਾਤਾ ਨੂੰ, ਪਿਤਾ ਨੂੰ ਅਤੇ ਭੈਣ ਨੂੰ ਜਾਂ ਤਾਂ ਉੱਧਰ ਬੁਲਾਇਆ ਜਾਵੇ ਜਾਂ ਫਿਰ ਇੱਧਰੋਂ ਡੈੱਡ ਬੋਡੀ ਭੇਜੀ ਜਾਵੇ। ਪਹਿਲੀ ਤਾਂ ਗੱਲ, ਅਸੀਂ ਨਿਮਰਤਾ ਸਹਿਤ ਬੇਨਤੀ ਹੈ ਸਾਡੇ ਸਾਰੇ NRI ਭਰਾਵਾਂ ਨੂੰ ਕਿ ਪਰਿਵਾਰ ਨੂੰ ਵੀਜ਼ਾ ਦਿੱਤਾ ਜਾਵੇ, ਕਿਉਂਕਿ ਇਹ ਆਪਣੇ ਪੁੱਤਰ ਦੀਆਂ ਹੱਥੀਂ ਜੋ ਕਿਰਿਆ ਕਰਮਾਂ ਰਸਮਾਂ ਉਹ ਕਰ ਸਕਣ, ਅਤੇ ਉਹਨਾਂ ਸੁਖਦਰਸ਼ਨ ਦੀ ਭੈਣ ਜੋ ਮੇਰੀ ਭਤੀਜੀ ਆ ਉਹ ਵੀ ਆਪਣੇ ਭਰਾ ਦੀਆਂ ਜੋ ਕਿ ਉਹਨਾਂ ਦੀਆਂ ਸਦਰਾਂ ਵਿੱਚੇ ਰਹਿ ਗਈਆਂ, ਸਿਹਰੇ ਬੰਨਣ ਦੀਆਂ ਜਾਂ ਰੱਖੜੀ ਦੀਆਂ ਜਾਂ ਗਾਨੇ ਸਜਾਉਣ ਦੀਆਂ। ਅਸੀਂ ਇਹ ਅਪੀਲ ਕਰਦੇ ਹਾਂ, ਸਰਕਾਰ ਨੂੰ ਵੀ ਅਪੀਲ ਕਰਦੇ ਹਾਂ
ਅਤੇ ਨਰੀ ਭਰਾਵਾਂ ਨੂੰ ਬਹੁਤ ਬਹੁਤ ਅਸੀਂ ਫਿਰ ਨਿਮਰਤਾ ਦੇ ਨਾਲ ਅਪੀਲ ਕਰਦੇ ਹਾਂ ਕਿ ਇਹਨਾਂ ਪਰਿਵਾਰ ਨੂੰ ਵੀਜ਼ਾ ਦਿੱਤਾ ਜਾਵੇ, ਇਹਨਾਂ ਦੀ ਮਦਦ ਕੀਤੀ ਜਾਵੇ। ਮੋਗੇ ਤੋਂ KDT ਨਿਊਜ਼ ਦੇ ਲਈ ਭੁਪਿੰਦਰ ਜੋੜਾ ਦੀ ਵਿਸ਼ੇਸ਼ ਰਿਪੋਰਟ।